ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਤਾਜ਼ਾ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਵਿੱਚ ਇੱਥੇ 27 ਜੂਨ ਤੋਂ ਲੈ ਕੇ 29 ਜੂਨ ਤੱਕ ਲਈ ਹੋ ਗਿਆ ਇਹ ਵੱਡਾ ਐਲਾਨਾ ਇਹ ਤਾਜ਼ਾ ਵੱਡੀ ਖਬਰ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਪਤਾ ਲੱਗ ਸਕੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜਿਥੇ ਕਰੋਨਾ ਕਾਲ ਦੇ ਵਿੱਚ ਸੂਬੇ ਦੇ ਮੈਡੀਕਲ ਵਿਭਾਗ ਦੇ ਵੱਲੋਂ ਲੋਕਾਂ ਦੀ ਵਿਭਾਜਤ ਕਰਨ ਤੇ ਡਟੇ ਹੋਏ ਹਾਂ ਤੇ ਉੱਥੇ ਬੱਚਿਆਂ ਦੀ ਸਿਹਤ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਦੇ ਰੂਪਨਗਰ ਦੇ ਵਿੱਚ ਪੋਲੀਓ ਬੂੰਦਾ ਪਿਲਾਉਣ ਨੂੰ ਲੈ ਕੇ ਇੱਕ ਵੱਡੀ ਤਾਜ਼ਾ ਜਾਣਕਾਰੀ ਦਿੱਤੀ ਜਾ ਰਹੀ ਹੈ ਰੂਪਨਗਰ ਦੇ ਸਿਵਲ ਸਰਜਨ ਡਾਕਟਰ ਦਵਿੰਦਰ ਕੁਮਾਰ ਢਾਂਡਾ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਵੱਲੋਂ ਰੂਪਨਗਰ ਦੇ ਵਿੱਚ ਹੋਣ ਵਾਲੀ ਮਾਈਗਰੇਟਰੀ ਪल्स ਪੋਲੀਓ ਮੁਹਿੰਮ ਦੇ ਲਈ ਹਰ ਕਿਸਮ ਦੀ ਤਿਆਰੀ ਪੂਰੀ ਕਰ ਲਈ ਗਈ ਹੈ ਤੇ ਪ੍ਰੋਟੋਕਾਲ ਨੂ ਤੇਨ ਵਿੱਚ ਰੱਖਦੇ ਹੋਏ ਹੈਲਥ ਵਰਕਰਾਂ ਦੇ ਵੱਲੋਂ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਦੀਆਂ ਖਰਾਕਾਂ ਦਿੱਤੀਆਂ ਜਾਣੀਆਂ ਤੇ ਪੋਲੀਓ ਦੀ ਇਸ ਮੁਹਿੰਮ ਦੇ ਦੌਰਾਨ ਵੱਖ-ਵੱਖ ਅਧਿਕਾਰੀਆਂ ਦੇ ਵੱਲੋਂ ਇਸ ਮੁਹਿੰਮ ਦੀ ਮੋਨਿਟਰਿੰਗ ਕਰਨ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ ਤੇ ਰੂਪਨਗਰ ਜ਼ਿਲ੍ਹੇ ਦੇ ਵਿੱਚ ਲਗਭਗ 40661 ਘਰ ਹਨ ਜਿਨ੍ਹਾਂ ਦੇ ਵਿੱਚੋਂ 6671 ਬੱਚੇ 0 ਤੋਂ ਲੈ ਕੇ 5 ਸਾਲ ਤੱਕ ਦੀ ਉਮਰ ਦੇ ਹਨ ਅਤੇ ਇਹਨਾਂ ਸਾਰੇ ਘਰਾਂ ਨੂੰ ਕਵਰ ਕਰਨ ਦੇ ਲਈ 43 ANMs ਅਤੇ 45 ਮਲਟੀਪਰਪਸ ਹੈਲਥ ਵਰਕਰਸ ਦੇਤੀ ਆਸ਼ਾ ਵਰਕਰਸ ਅਤੇ 20 ਸੁਪਰਵਾਈਜ਼ਰ ਅਤੇ 126 ਵੈਕਸੀਨੇਟਰਾਂ ਦਾ ਜੁਮਾ ਲਗਾਇਆ ਗਿਆ ਹੈ ਤੇ ਇਸ ਨਿਰਧਾਰਿਤ ਟੀਚਰ ਨੂੰ ਪੂਰਾ ਕਰਨ ਦੇ ਵਾਸਤੇ 27 ਤੋਂ ਲੈ ਕੇ 29 ਜੂਨ ਤੱਕ 3 ਦਿਨ ਲੱਗਣਗੇ ਤੇ ਹੈਲਥ ਵਿਭਾਗ ਦੇ ਵੱਲੋਂ ਇਸ ਮਹਿੰਮ ਦੇ ਦੌਰਾਨ ਕਰੋਨਾ ਦੀ ਨਜਮਰੀ ਪੂਰੀ ਤਰ੍ਹਾਂ ਨਾਲ ਪਾਰਿਆਣਾ ਕੀਤੀ ਜਾਵੇਗੀ